ਡੇਰਾ ਰਾਧਾ ਸਵਾਮੀ ਸਤਸੰਗ ਬਿਆਸ ਟਰੱਸਟ ਵੱਲੋਂ ਕੱਲ੍ਹ ਇੱਕ ਪੱਤਰ ਕਹਿ ਸਕਦੇ ਹਾਂ ਕਿ ਸੰਗਤ ਦੇ ਨਾਲ ਸਾਂਝਾ ਕਰਦੇ ਹੋਏ ਇਹ ਸਪਸ਼ਟ ਕੀਤਾ ਗਿਆ ਸੀਗਾ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਸਰਦਾਰ ਜਸਦੀਪ ਸਿੰਘ ਗਿੱਲ ਨੂੰ ਬਤੌਰ ਵਾਰਿਸ ਜਿਹੜਾ ਹੈਗਾ ਉਹ ਐਲਾਨ ਦਿੱਤਾ ਗਿਆ ਔਰ ਉਸ ਦੇ ਨਾਲ ਹੀ ਜਦੋਂ ਇਹ ਖਬਰਾਂ ਮੀਡੀਆ ਦੇ ਵਿੱਚ ਨਸ਼ਰ ਹੋਈਆਂ ਔਰ ਸੰਗਤ ਦੇ ਵਿੱਚ ਇਹ ਸੁਨੇਹਾ ਪਹੁੰਚਿਆ ਤਾਂ ਕਾਫੀ ਤਰ੍ਹਾਂ ਦੀ ਜਿਹੜੀ ਕਸ਼ਮਕਸ਼ ਸੀਗੀ ਉਹ ਸੰਗਤ ਦੇ ਵਿੱਚ ਪੈਦਾ ਹੋਈ। ਇਸ ਦੌਰਾਨ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਜਿਹੜੀਆਂ ਸੀਗੀਆਂ ਉਹ ਵੀ ਕਿਤੇ ਨਾ ਕਿਤੇ ਸੁਣਨ ਦੇ ਵਿੱਚ ਜਿਹੜੀਆਂ ਸੀਗੀਆਂ ਉਹ ਸਾਹਮਣੇ ਆ ਰਹੀਆਂ ਸਨ, ਲੇਕਿਨ ਦੇਰ ਸ਼ਾਮ ਡੇਰਾ ਬਿਆਸ ਟਰੱਸਟ ਵੱਲੋਂ ਇਸ ਦੇ ਉੱਤੇ ਬਿਲਕੁਲ ਸਪਸ਼ਟੀਕਰਨ ਦਿੰਦੇ ਹੋਏ ਇਹ ਸਾਫ਼ ਕੀਤਾ ਗਿਆ ਸੀਗਾ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੋ ਨੇ ਉਹ ਮੌਜੂਦਾ ਮੁਖੀ ਨੇ ਔਰ ਮੌਜੂਦਾ ਤੌਰ ਦੇ ਉੱਤੇ ਜੋ ਵੀ ਸਤਸੰਗ ਜਾਂ ਨਾਮਦਾਨ ਦੀਆਂ ਜੋ ਜ਼ਿੰਮੇਵਾਰੀਆਂ ਉਹ ਪਹਿਲਾਂ ਨਿਭਾਰੇ ਸਨ ਉਹ ਉਦਾਂ ਹੀ ਨਿਭਾਉਣਗੇ। ਔਰ ਉੱਥੇ ਇਹ ਵੀ ਸਪਸ਼ਟ ਕੀਤਾ ਗਿਆ ਸੀਗਾ ਕਿ ਸਰਦਾਰ ਜਸਦੀਪ ਸਿੰਘ ਗਿੱਲ ਬਤੌਰ ਵਾਰਸ ਡੇਰਾ ਬਿਆਸ ਦੇ ਜੋ ਜੋ ਕੰਮਕਾਜ ਨੇ ਜੋ ਜੋ ਟਰੱਸਟ ਦੀਆਂ ਜ਼ਿੰਮੇਵਾਰੀਆਂ ਨੇ ਜੋ ਵੱਡੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਨੂੰ ਸੰਭਾਲਣਗੇ ਔਰ ਡੇਰਾ ਬਿਆਸ ਦੇ ਜੋ ਵੀ ਪ੍ਰੋਗਰਾਮ ਹੋਣਗੇ ਜਿੱਥੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਾਣਗੇ ਉਹ ਵੀ ਉੱਥੇ ਨਾਲ ਦਿਖਾਈ ਦੇਣਗੇ। ਇਸ ਦੇ ਨਾਲ ਹੀ ਇਸ ਸਮੇਂ ਦੀ ਜੇਕਰ ਗੱਲ ਕਰੀਏ ਤਾਂ ਅੱਜ ਡੇਰਾ ਬਿਆਸ ਦੇ ਵਿੱਚ ਜੋ ਸਤਸੰਗ ਹੋਇਆ ਉਸ ਦੌਰਾਨ ਪਹਿਲੀ ਵਾਰ ਡੇਰਾ ਬਿਆਸ ਦੇ ਸਤਸੰਗ ਦੌਰਾਨ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਇੱਕ ਹੋਰ ਗੱਦੀ ਜਿਹੜੀ ਆ ਜਾਂ ਚੇਅਰ ਕਹਿ ਲਈਏ ਕਿ ਉਹ ਲੱਗੀ ਹੋਈ ਨਜ਼ਰ ਆਈ ਔਰ ਉਸ ਦੌਰਾਨ ਉੱਥੇ ਡੇਰਾ ਬਿਆਸ ਦੇ ਜਿਹੜੇ ਭਵਿੱਖ ਦੇ ਵਿੱਚ ਵਾਰਸ ਹੋਣਗੇ ਸਰਦਾਰ ਜਸਦੀਪ ਸਿੰਘ ਗਿੱਲ ਸਨ ਜੋ ਅਤੇ ਉਹ ਵੀ ਉੱਥੇ ਬੈਠੇ ਹੋਏ ਨਜ਼ਰ ਆਏ। ਇਸ ਦੇ ਨਾਲ ਹੀ ਕੱਲ੍ਹ ਡੇਰਾ ਬਿਆਸ ਟਰੱਸਟ ਵੱਲੋਂ ਵੀ ਸਾਫ਼ ਕੀਤਾ ਗਿਆ ਸੀਗਾ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਸਿਹਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਜੋ ਸੰਗਤ ਦੇ ਮਨ ਦੇ ਵਿੱਚ ਹੋ ਸਕਦੀਆਂ ਹਨ ਜਾਂ ਕੁਝ ਇੱਕ ਕਥਿਤ ਤੌਰ ਦੇ ਉੱਤੇ ਅਫਵਾਹਾਂ ਜੋ ਇਸ ਨੂੰ ਲੈ ਕੇ ਚੱਲ ਰਹੀਆਂ ਸਨ ਤਾਂ ਉਹਨਾਂ ਵੱਲੋਂ ਇਸ ਦੇ ਉੱਤੇ ਵੀ ਸਪਸ਼ਟੀਕਰਨ ਦਿੱਤਾ ਗਿਆ ਕਿ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਤਬੀਅਤ ਜਿਹੜੀ ਹੈ ਉਹ ਬਿਲਕੁਲ ਠੀਕ ਠਾਕ ਹੈਗੀ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਅਜਿਹੀ ਪ੍ਰੋਬਲਮ ਨਹੀਂ ਹੈ ਜਿਸ ਨੂੰ ਲੈ ਕੇ ਸੰਗਤ ਫਿਕਰਮੰਦ ਹੋਵੇ। ਤਾਂ ਉਹਨਾਂ ਦਾ ਸੰਗਤ ਨੂੰ ਸਿੱਧਾ ਜਿਹਾ ਸੰਦੇਸ਼ ਸੀਗਾ ਕਿ ਜਿਵੇਂ ਕੁਝ ਇੱਕ ਜਗ੍ਹਾ ਦੇ ਉੱਤੇ ਪਹਿਲਾਂ ਇਹ ਖਬਰ ਨਸ਼ਰ ਹੋਈ ਸੀਗੀ ਕਿ ਡੇਰਾ ਬਿਆਸ ਮੁਖੀ ਦੀ ਜਿਹੜੀ ਗੱਦੀ ਹੈਗੀ ਆ ਉਹ ਸਰਦਾਰ ਜਸਦੀਪ ਸਿੰਘ ਗਿੱਲ ਸੰਭਾਲਣਗੇ, ਤਾਂ ਉਸ ਤੋਂ ਬਾਅਦ ਦੇਰ ਸ਼ਾਮ ਜਿਹੜਾ ਹੈਗਾ ਇਸ ਦੇ ਉੱਤੇ ਸਥਿਤੀ ਸਪਸ਼ਟ ਕੀਤੀ ਗਈ ਸੀਗੀ ਕਿ ਜੋ ਮੌਜੂਦਾ ਮੁਖੀ ਹੈਗੇ ਨੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹ ਫਿਲਹਾਲ ਆਪਣੀ ਜ਼ਿੰਮੇਵਾਰੀ ਜਿਉਂ ਦੀ ਤਿਉਂ ਜਿਵੇਂ ਪਹਿਲਾਂ ਸੀ ਉਦਾਂ ਹੀ ਨਿਭਾਉਣਗੇ ਔਰ ਜੋ ਜੋ ਵੀ ਡੇਰੇ ਦੇ ਸ਼ਡਿਊਲਡ ਪ੍ਰੋਗਰਾਮ ਹਨ ਉਹ ਉਦਾਂ ਹੀ ਚੱਲਣਗੇ। ਔਰ ਉਸ ਦੇ ਨਾਲ ਹੀ ਉੱਥੇ ਸਪਸ਼ਟ ਕੀਤਾ ਗਿਆ ਸੀਗਾ ਕਿ ਸਰਦਾਰ ਜਸਦੀਪ ਸਿੰਘ ਗਿੱਲ ਬਤੌਰ ਵਾਰਸ ਭਵਿੱਖ ਦੇ ਵਿੱਚ ਜਿਹੜਾ ਨੇ ਉਹ ਡੇਰਾ ਬਿਆਸ ਦੇ ਮੁਖੀ ਹੋਣਗੇ ਔਰ ਉਹਨਾਂ ਦੇ ਕੋਲੇ ਨਾਮਦਾਨ ਜੋ ਇੱਕ ਪ੍ਰਕਿਰਿਆ ਹੈਗੀ ਆ ਡੇਰੇ ਦੀ ਉਹਦੇ ਸਾਰੇ ਅਧਿਕਾਰ ਜਿਹੜੇ ਨੇ ਉਹ ਵੀ ਉਹਨਾਂ ਦੇ ਕੋਲ ਹੋਣਗੇ। ਤਾਂ ਅੱਜ ਜਿਹੜਾ ਹੈਗਾ ਇਸ ਦੇ ਵਿੱਚ ਕਹਿ ਸਕਦੇ ਕਿ ਸਤਸੰਗ ਦੇ ਵਿੱਚ ਵੀ ਇਹ ਸਪਸ਼ਟ ਹੋ ਗਿਆ ਕਿ ਬਤੌਰ ਵਾਰਿਸ ਜਦੋਂ ਪਹਿਲੀ ਵਾਰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਸਰਦਾਰ ਜਸਦੀਪ ਸਿੰਘ ਗਿੱਲ ਬੈਠੇ ਹੋਏ ਨਜ਼ਰ ਆਏ ਤਾਂ ਸੰਗਤ ਦੀਆਂ ਸ਼ੰਕਾਵਾਂ ਵੀ ਕਿਤੇ ਨਾ ਕਿਤੇ ਕਹਿ ਸਕਦੇ ਕਿ ਦੂਰ ਹੋਈਆਂ। ਇਸ ਦੇ ਨਾਲ ਹੀ ਸੰਗਤ ਨੂੰ ਜਿਹੜਾ ਹੈਗਾ ਅੱਜ ਬੈਠ ਕੇ ਕਰੀਬ 45 ਮਿੰਟ ਦਾ ਸਤਸੰਗ ਸੀਗਾ ਉਹ ਵੀ ਉੱਥੇ ਚੱਲਿਆ ਹੈਗਾ ਔਰ 8:30 ਵਜੇ ਤੋਂ ਲੈ ਕੇ 9:15 ਵਜੇ ਤੱਕ ਦਾ ਇਹ ਸਤਸੰਗ ਜਿਹੜਾ ਡੇਰਾ ਬਿਆਸ ਦੇ ਵਿੱਚ ਹੋਇਆ ਔਰ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਵੀ ਪਹੁੰਚੀਆਂ ਔਰ ਕਾਫੀ ਹੱਦ ਤੱਕ ਸੰਗਤਾਂ ਜਿਹੜੀਆਂ ਹੈਗੀਆਂ ਭਾਵੁਕ ਵੀ ਜਿਹੜੀਆਂ ਹੈਗੀਆਂ ਇਸ ਦੌਰਾਨ ਜ਼ਰੂਰ ਨਜ਼ਰ ਆਈਆਂ। ਨਿਊਜ਼ 18 ਪੰਜਾਬ ਦੇ ਲਈ ਗੁਰਦਰਸ਼ਨ ਸਿੰਘ ਬਿਆਸ।